ਸੋ ਉਸ ਵੇਲੇ ਵੀ ਚਰਨਜੀਤ ਸਿੰਘ ਚੰਨੀ ਜੀ ਨੇ ਮੋਦੀ ਜੀ ਨੂੰ ਪੰਜਾਬ ਦੀ ਧਰਤੀ ਤੇ ਆਉਣ ਤੇ ਰੋਕਣ ਦਾ ਕੰਮ ਕੀਤਾ ਸੀਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ, ਪੂਰੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਕਿ ਹੁਣ ਤਾਂ ਦੌਰ ਫਤਿਹ ਦਾ ਚੱਲਿਆ, ਜਿੱਤ ਯਕੀਨੀ ਪਾ ਲਈਏ, ਮੰਜ਼ਿਲ ਦੂਰ ਨਹੀਂ ਹੈ ਸਾਥੀ, ਮਿਲ ਕੇ ਕਦਮ ਵਧਾ ਲਈਏ। ਪ੍ਰਸ਼ਾਸਨ ਦਾ ਕੰਮ ਸਿਕਿਉਰਿਟੀ ਦਾ ਔਰ ਸਾਡਾ ਕੰਮ ਜਿਹੜਾ ਹੈ ਲੋਕਾਂ ਨੂੰ ਮੋਦੀ ਨਾਲ ਮਿਲਾਉਣ ਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬੀ ਟੀਵੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੀ ਨਰਿੰਦਰ ਮੋਦੀ ਹੈ ਜਿਹੜੇ ਉਹ ਪੰਜਾਬ ਆ ਰਹੇ ਨੇ। ਦੱਸ ਦਈਏ 2 ਦਿਨਾਂ ਦੌਰੇ ਤੇ ਉਹ ਆ ਰਹੇ ਨੇ, ਜਿਸ ਦੇ ਵਿੱਚ ਉਹ ਕੱਲ ਨੂੰ ਇੱਥੇ ਪਹੁੰਚਣਗੇ ਤੇ 24 ਤਰੀਕ ਨੂੰ ਹੈ ਜਿਹੜਾ ਉਹ ਇੱਥੇ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਕਰਨਗੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਹੈ ਜਿਹੜੀਆਂ ਚੱਲ ਰਹੀਆਂ। ਮੈਂ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਜ਼ਰੂਰ ਦਿਖਾਉਣ। ਜਲੰਧਰ ਦੇ PAP ਗਰਾਊਂਡ ਦੇ ਵਿੱਚ ਪੂਰੀਆਂ ਤਿਆਰੀਆਂ ਜਿਹੜੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ, ਕਿਉਂਕਿ ਇੱਥੇ ਇੱਕ ਬਹੁਤ ਵੱਡਾ ਇਕੱਠ ਹੋਣ ਵਾਲਾ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ, ਪੂਰੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਤਾਂ ਕਿ ਜੋ ਲੋਕਾਂ ਦੇ ਰੂਬਰੂ ਉਹਨਾਂ ਨੂੰ ਕਰਵਾਇਆ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਇੱਥੇ ਲਗਾਤਾਰ ਕਾਫੀ ਟਾਈਮ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਨਰਿੰਦਰ ਮੋਦੀ ਆ ਜਿਹੜੇ ਇੱਥੇ ਆ ਸਕਦੇ ਨੇ ਤੇ ਇਹਨਾਂ ਦੇ ਚੱਲਦੇ ਹੋਏ ਉਹ ਕੱਲ ਨੂੰ ਹੈ ਜਾਂ ਪਰਸੋਂ ਹੈ ਜਿਹੜੇ ਇੱਥੇ ਪਹੁੰਚਣਗੇ। ਤੇ ਸਾਡੇ ਨਾਲ ਮੌਜੂਦ ਨੇ BJP ਦੇ ਜ਼ਿਲ੍ਹਾ ਪ੍ਰਧਾਨ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕਿਵੇਂ ਦੀਆਂ ਤਿਆਰੀਆਂ ਇੱਥੇ ਚੱਲ ਰਹੀਆਂ? ਨਮਸਕਾਰ, ਸਤਿ ਸ਼੍ਰੀ ਅਕਾਲ। ਇੱਕ ਗੀਤ ਹੈ ਕਿ ਹੁਣ ਤਾਂ ਦੌਰ ਫਤਿਹ ਦਾ ਚੱਲਿਆ, ਜਿੱਤ ਯਕੀਨੀ ਪਾ ਲਈਏ, ਮੰਜ਼ਿਲ ਦੂਰ ਨਹੀਂ ਹੈ ਸਾਥੀ, ਮਿਲ ਕੇ ਕਦਮ ਵਧਾ ਲਈਏ। ਜਲੰਧਰ ਦੇ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਭਾਰਤ ਮਾਤਾ ਦੀ ਜੈ ਜੈਕਾਰ ਕਰਨ ਦਾ ਜਿਹੜਾ ਹੈ ਅਵਸਰ ਪ੍ਰਾਪਤ ਕੀਤਾ ਹੈ। ਔਰ ਨਰਿੰਦਰ ਭਾਈ ਮੋਦੀ ਜੀ ਜਲੰਧਰ ਦੇ ਲੋਕਾਂ ਨੂੰ, ਲੋਕ ਸਭਾ ਦੇ ਲੋਕਾਂ ਨੂੰ ਵਿਸ਼ੇਸ਼ ਰੂਪ 'ਚ ਮਿਲਣ ਲਈ ਜਲੰਧਰ ਦੀ ਧਰਤੀ 'ਤੇ ਆ ਰਹੇ ਹੈ, ਕਿਉਂਕਿ ਇਹ ਧਰਤੀ ਮਾਂ ਤ੍ਰਿਪੁਰਾ ਮਾਲਿਨੀ ਜੀ ਦੀ ਧਰਤੀ ਹੈ, ਸਿੱਧ ਪੀਠ ਹੈ ਔਰ ਤਲਨ ਸਾਹਿਬ ਵਰਗੇ ਸ਼ਹੀਦਾਂ ਦੀ ਧਰਤੀ ਹੈ। ਸੋ ਉਸ ਧਰਤੀ ਨੂੰ ਨਮਨ ਕਰਨ ਲਈ ਮੋਦੀ ਜੀ ਇੱਥੇ ਆ ਰਹੇ ਹੈ ਔਰ ਲੋਕਾਂ 'ਚ ਬੜਾ ਉਤਸ਼ਾਹ ਹੈ। ਗੱਲ ਕਰੀਏ ਸਿਕਿਉਰਿਟੀ ਦੇ, ਸਿਕਿਉਰਿਟੀ ਦੇ ਕਿੱਦਾਂ ਦੇ ਪ੍ਰਬੰਧ ਇੱਥੇ ਰੱਖੇ ਗਏ? ਦੇਖੋ, ਸਿਕਿਉਰਿਟੀ ਦਾ ਕੰਮ ਤਾਂ ਪ੍ਰਸ਼ਾਸਨ ਦਾ ਹੈ ਔਰ ਜਿੰਨੀ ਕੁ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਆਪਣੀ ਪੂਰੇ ਇੰਤਜ਼ਾਮ ਕੀਤੇ ਹੈ। ਔਰ ਪ੍ਰਸ਼ਾਸਨ ਦਾ ਕੰਮ ਸਿਕਿਉਰਿਟੀ ਦਾ ਔਰ ਸਾਡਾ ਕੰਮ ਜਿਹੜਾ ਹੈ ਲੋਕਾਂ ਨੂੰ ਮੋਦੀ ਨਾਲ ਮਿਲਾਉਣ ਦਾ ਹੈ। ਸੋ ਲਗਭਗ 50,000 ਲੋਕਾਂ ਨੂੰ ਅਸੀਂ ਇੱਥੇ ਗੈਦਰਿੰਗ ਕਰਨ ਦਾ ਟਾਰਗੇਟ ਲਿਆ ਹੈ ਔਰ ਪੂਰੇ ਜਲੰਧਰ ਸਭਾ ਦੀ, ਲੋਕ ਸਭਾ ਤੋਂ ਲੋਕ ਇੱਥੇ ਪਹੁੰਚਣਗੇ। ਔਰ ਮਹੀਨਾ ਜੇਠ ਚੱਲਦਾ ਪਿਆ, ਬੜੀ ਗਰਮੀ ਹੁੰਦੀ ਹੈ, ਮਗਰ ਉਸ ਗਰਮੀ ਦੇ ਵਿੱਚ ਵੀ ਕਾਰਜਕਰਤਾਵਾਂ 'ਚ ਬੜਾ ਉਤਸ਼ਾਹ ਹੈ ਕਿ ਅਸੀਂ ਮੋਦੀ ਜੀ ਨੂੰ ਸੁਣਨਾ ਹੈ। ਜਲੰਧਰ ਹੌਟ ਸੀਟ ਬਣਿਆ ਹੋਇਆ, ਪੂਰੇ ਪੰਜਾਬ ਦੇ ਵਿੱਚ BJP ਦਾ ਵਿਰੋਧ ਵੀ ਹੋ ਰਿਹਾ ਤੇ ਇਸ ਵਕਤ ਨਰਿੰਦਰ ਮੋਦੀ ਜੀ ਇੱਥੇ ਆ ਰਹੇ ਨੇ, ਕਿਸਾਨਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ, ਤਾਂ ਇਸ ਨੂੰ ਦੇਖਦੇ ਹੋਏ ਕੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ? ਦੇਖੋ, ਸੁਰੱਖਿਆ ਦਾ ਜਿਵੇਂ ਤੁਸੀਂ ਪਹਿਲੇ ਪੁੱਛਿਆ, ਉਹ ਪ੍ਰਸ਼ਾਸਨ ਦਾ ਕੰਮ ਹੈ। ਇੱਕ ਪ੍ਰਸ਼ਨ ਤੁਸੀਂ ਇੱਕ ਗੱਲ ਕਹੀ ਹੈ ਕਿ ਬੜਾ ਹੋਟ ਵਿਸ਼ੇ ਬਣਿਆ ਹੈ, ਪਰ ਮੈਨੂੰ ਲੱਗਦਾ ਹੈ ਕਿ ਇੱਕ ਤਰਫਾ ਬਣਿਆ ਹੈ। ਜਲੰਧਰ ਲੋਕ ਸਭਾ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਇੱਥੇ ਖਿਲਾਉਣਾ ਹੈ। ਔਰ ਕਿਉਂਕਿ ਦੂਸਰੀ ਤਰਫ ਜਿਹੜੇ ਕਾਂਗਰਸ ਦੇ ਪੂਰਵ CM ਚੰਨੀ ਜੀ ਇੱਥੇ ਹੈਗੇ, ਜਿਹੜੇ ਝੂਠੇ ਨੇ, ਜਿਹੜੇ ਹਮੇਸ਼ਾ ਝੂਠੀਆਂ ਗੱਲਾਂ ਕਰਦੇ ਨੇ। ਔਰ ਤੁਸੀਂ ਇੱਕ ਹੋਰ ਗੱਲ ਕਹੀ ਸੀ ਸ਼ੁਰੂਆਤ ਦੇ ਵਿੱਚ ਕਿ ਮੋਦੀ ਜੀ ਦੀ ਇੱਕ ਫਿਰੋਜ਼ਪੁਰ ਦੇ ਵਿੱਚ ਰੈਲੀ ਹੋਣੀ ਸੀ ਜਿਹੜੀ ਰੁਕ ਗਈ ਸੀ, ਔਰ ਜਗ ਜ਼ਾਹਿਰ ਹੈ ਉਹਦੀ ਰਿਪੋਰਟ ਵੀ ਆਈ ਹੈ ਕਿ ਉਹਦੇ 'ਚ 100% ਨੈਗਲੀਜੈਂਸ ਸੀਗਾ, ਤਾਂ ਸਰਕਾਰ ਔਰ ਪ੍ਰਸ਼ਾਸਨ ਦਾ ਸੀਗਾ। ਸੋ ਉਸ ਵੇਲੇ ਵੀ ਚਰਨਜੀਤ ਸਿੰਘ ਚੰਨੀ ਜੀ ਨੇ ਮੋਦੀ ਜੀ ਨੂੰ ਪੰਜਾਬ ਦੀ ਧਰਤੀ 'ਤੇ ਆਉਣ ਤੇ ਰੋਕਣ ਦਾ ਕੰਮ ਕੀਤਾ ਸੀਗਾ, ਮਗਰ ਪੰਜਾਬ ਦੇ ਲੋਕ ਮੋਦੀ ਜੀ ਨੂੰ ਬਹੁਤ ਪਿਆਰ ਕਰਦੇ ਹੈ ਔਰ ਮੋਦੀ ਜੀ ਇੱਥੇ ਆ ਰਹੇ ਹੈ ਔਰ ਸਾਰਿਆਂ ਦੇ ਨਾਲ ਰੂਬਰੂ ਹੋਣਗੇ। ਕਿੰਨੇ ਲੋਕਾਂ ਦੀ ਗੈਦਰਿੰਗ ਇਸ ਵਾਰ ਇੱਥੇ ਹੋਣ ਦਾ ਮਤਲਬ ਹੈਗਾ ਅਨੁਮਾਨ, ਵੀ ਕਿੰਨੇ ਲੋਕਾਂ ਦੀ ਸਿਟਿੰਗ? ਅਸੀਂ 50,000 ਲੋਕਾਂ ਦਾ ਟਾਰਗੇਟ ਲੈ ਕੇ ਚੱਲ ਰਹੇ ਹਾਂ, ਇਸ ਕਰਕੇ ਤੁਸੀਂ ਪੰਡਾਲ ਵੀ ਦੇਖ ਰਹੇ ਹੋਗੇ, ਆਖਿਰ ਤੱਕ ਪਿੱਛੇ ਤੱਕ ਪੰਡਾਲ ਜਾਣਾ ਹੈ। ਔਰ
ਜੇਠ ਮਹੀਨੇ ਦੀ ਗਰਮੀ ਦੇ ਵਿੱਚ ਪਹਿਲੀ ਵਾਰ ਜਲੰਧਰ ਦੇ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਏਗਾ ਕਿ ਮੋਦੀ ਜੀ ਜੇਠ ਮਹੀਨੇ ਦੇ ਵਿੱਚ ਜਲੰਧਰ ਆਏ ਸੀ ਔਰ ਲੋਕਾਂ ਨੇ ਉਹਨਾਂ ਨੂੰ ਖੂਬ ਪਿਆਰ ਦਿੱਤਾ ਸੀ ਔਰ ਉਹ ਵੀ ਮੋਦੀ ਜੀ ਵੀ ਜਲੰਧਰ ਦੇ ਲੋਕਾਂ ਦਾ ਪਿਆਰ ਲੈ ਕੇ ਜਾਣ ਅਤੇ ਅਸੀਂ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਤਿਆਰੀਆਂ ਕਿਵੇਂ ਦੀਆਂ ਚੱਲ ਰਹੀਆਂ, ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਨੇ ਕਿਉਂਕਿ 24 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿਹੜੇ ਇੱਥੇ ਪਹੁੰਚ ਰਹੇ ਨੇ, 4 ਇਲਾਕਿਆਂ ਦਾ ਮੈਂ ਕਹੂੰਗੀ ਪ੍ਰਚਾਰ ਕਰਨ ਦੇ ਲਈ ਇੱਥੇ ਪਹੁੰਚਣਗੇ ਅਤੇ ਬੀਜੇਪੀ ਦੀ ਸਥਿਤੀ ਪੰਜਾਬ ਦੇ ਵਿੱਚ ਮਜ਼ਬੂਤ ਕਰਨਗੇ। ਕੈਮਰਾ ਪਰਸਨ ਅਭੈ ਦੇ ਨਾਲ ਮੈਂ ਕੀਮਤ, ਜੇਬੀਡੀ ਟੀਵੀ, ਜਲੰਧਰ।